ਕਦੋਂ ਮੈਂ ਹੈਰੋਇਨ 'ਤੇ ਆਇਆ ਅਤੇ ਹੁਣ ਮੈਂ ਹੈਰੋਇਨ ਇੰਜੈਕਟ ਕਰਨਾ ਮੈਨੂੰ ਨਹੀਂ ਪਤਾ ਲੱਗਾ। ਜਦੋਂ ਮੈਂ ਤੁਹਾਡੇ ਵਰਗਾ ਇੱਕ ਸਟੂਡੈਂਟ ਸੀਗਾ ਮੈਨੂੰ ਨਹੀਂ ਪਤਾ ਸੀਗਾ ਕਿ ਮੈਂ ਐਡਿਕਟ ਬਣ ਜਾਊਂਗਾ। ਕਦੋਂ ਮੇਰੇ 'ਤੇ ਮੇਰੀ ਫੈਮਿਲੀ ਦਾ ਵਿਸ਼ਵਾਸ ਉੱਡ ਗਿਆ ਮੈਨੂੰ ਪਤਾ ਨਹੀਂ ਲੱਗਾ। ਆਪਣੇ ਸਕੂਲ ਟਾਈਮ ਤੋਂ ਮੈਂ ਨਸ਼ਾ ਸ਼ੁਰੂ ਕੀਤਾ ਸੀਗਾ 9th ਦੀ ਕਲਾਸ 'ਚ। ਸ਼ਰਾਬ ਤੋਂ ਮੈਂ ਕਦੋਂ ਹੈਰੋਇਨ 'ਤੇ ਆਇਆ ਮੈਨੂੰ ਆਪ ਨੂੰ ਵੀ ਨਹੀਂ ਪਤਾ ਲੱਗਾ। ਤੇ ਮੈਂ ਮਿਊਜ਼ਿਕ ਸਿੱਖਦਾ ਸੀ, ਮਿਊਜ਼ਿਕ ਸਿੱਖਦੇ ਸਿੱਖਦੇ ਕੋਈ ਸੁਸਾਇਟੀ ਇੱਦਾਂ ਦੀ ਮਿਲ ਗਈ, ਮੈਂ ਨਸ਼ੇ 'ਚ ਪੈ ਗਿਆ। ਸਟਾਰਟਿੰਗ ਤੋਂ ਹੋਇਆ ਮੈਂ ਜਿੱਦਾਂ ਕੂਲ ਲਿਪ, ਸਾਰੇ ਕੂਲ ਲਿਪ ਲਗਾਉਂਦੇ ਆ, ਆਪਾਂ ਹੌਲੀ ਹੌਲੀ ਸਟਾਰਟ ਕੀਤਾ। ਮੈਂ ਨਸ਼ੇ ਵਿੱਚ 2.5 ਕਰੋੜ ਰੁਪਏ ਉਜਾੜ ਦਿੱਤੇ। ਮੈਂ 13 ਸਾਲ ਦੀ ਉਮਰ ਵਿੱਚ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ। ਮੈਂ ਨਸ਼ੇ ਲਈ ਚੋਰੀਆਂ ਤੱਕ ਕੀਤੀਆਂ। ਨਸ਼ੇ ਦੀ ਲੱਤ ਕਰਕੇ ਮੈਨੂੰ ਆਸਟ੍ਰੇਲੀਆ ਛੱਡਣਾ ਪਿਆ। ਇਹ ਕਹਾਣੀ ਸੁਣਾਈ NCC ਜਲੰਧਰ ਗਰੁੱਪ ਵੱਲੋਂ ਜਲੰਧਰ ਦੇ DAV ਯੂਨੀਵਰਸਿਟੀ ਵਿੱਚ ਐਂਟੀ ਡਰੱਗ ਐਬਿਊਸ ਨਾਮਕ ਸੈਮੀਨਾਰ ਦੇ ਦੌਰਾਨ ਉਹਨਾਂ ਨੌਜਵਾਨਾਂ ਨੇ ਜੋ ਕਦੀ ਨਸ਼ਾ ਕਰਦੇ ਸੀ ਪਰ ਹੁਣ ਉਹ ਨਸ਼ਾ ਛੱਡ ਚੁੱਕੇ ਹਨ। 24 ਨਵੰਬਰ ਨੂੰ NCC ਦਿਹਾੜਾ ਹੈ। ਇਸ ਨੂੰ ਲੈ ਕੇ NCC ਜਲੰਧਰ ਵੱਲੋਂ ਕਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਹਨਾਂ ਵਿੱਚੋਂ ਹੀ ਇੱਕ ਇਹ ਸੈਮੀਨਾਰ ਸੀ। ਇਸ ਸੈਮੀਨਾਰ ਵਿੱਚ ਨਸ਼ੇ ਦੀ ਦਲਦਲ ਵਿੱਚ ਫਸੇ 9 ਨੌਜਵਾਨਾਂ ਨੇ ਨਸ਼ੇ ਦੀ ਲੱਤ ਤੋਂ ਲੈ ਕੇ ਨਸ਼ਾ ਛੱਡਣ ਤੱਕ ਦੀ ਆਪਣੀ ਕਹਾਣੀ ਸੁਣਾਈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਪ੍ਰੇਰਿਤ ਕੀਤਾ ਜਾ ਸਕੇ। ਸੈਮੀਨਾਰ ਬਾਰੇ ਗੱਲ ਕਰਦਿਆਂ NCC ਗਰੁੱਪ ਦੇ ਕਮਾਂਡਰ ਅਧਿਵਿੱਤੇ ਮੈਦਾਨ ਨੇ ਕਿਹਾ ਕਿ ਨਸ਼ੇ ਦੀ ਲੱਤ ਛੱਡ ਚੁੱਕੇ ਨੌਜਵਾਨਾਂ ਨੂੰ ਬਾਕੀ ਨੌਜਵਾਨਾਂ ਨਾਲ ਮਿਲਵਾਉਣ ਦਾ ਸਿਰਫ ਇਹੀ ਮਕਸਦ ਸੀ ਕਿ ਕਿਸ ਤਰ੍ਹਾਂ ਉਹ ਵੀ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰ ਸਕਦੇ ਹਨ ਅਤੇ ਉਹਨਾਂ ਦਾ ਮਨੋਬਲ ਵਧਾ ਸਕਦੇ ਹਨ। ਆਪਣਾ ਹੁਣ NCC ਡਾਇਰੈਕਟਰੇਟ, ਪੰਜਾਬ ਡਾਇਰੈਕਟਰੇਟ ਚੰਡੀਗੜ੍ਹ NCC ਡੇ ਮਨਾ ਰਿਹਾ, ਜੋ ਕਿ ਹੈ 24 ਨੂੰ। ਜਿਹੜਾ ਨਵੰਬਰ ਦਾ ਲਾਸਟ ਸੰਡੇ ਹੁੰਦਾ ਹੈ ਉਹ ਮਨਾਇਆ ਜਾਂਦਾ NCC ਡੇ ਹਰ ਸਾਲ। ਅਤੇ ਉਸ NCC ਡੇ ਮਨਾਉਣ ਲਈ ਆਪਾਂ ਬੜੀ ਯੂਸਫੁੱਲ ਐਕਟੀਵਿਟੀਜ਼ ਚੁਣੀਆਂ ਹੈ, ਜਿਹੜੀ ਕਿ ਸੋਸ਼ਲ ਸਰਵਿਸ, ਬੇਸਿਕਲੀ ਸੋਸ਼ਲ ਐਕਟੀਵਿਟੀ, ਸੋਸ਼ਲ ਸਰਵਿਸ। ਹੁਣ ਆਪਾਂ ਇੰਨਾ ਕੁਛ ਸਿੱਖਿਆ ਹੈ ਇੰਡੀਅਨ ਆਰਮੀ ਤੋਂ, ਉਹ ਆਪਾਂ ਸੋਚਦੇ ਹਾਂ ਕਿ ਸੁਸਾਇਟੀ ਨੂੰ ਵਾਪਸ ਦੇਈਏ। ਉਹ ਵਾਪਸ ਦੇਣ ਦੇ ਖਾਤਰ ਆਹ ਆਪਾਂ ਪ੍ਰੋਗਰਾਮ ਕੀਤਾ, ਆਪਾਂ ਕੁਛ ਚੁਣੇ ਹੋਏ ਆ ਪ੍ਰੋਗਰਾਮ। ਆਹ ਐਂਟੀ ਡਰੱਗ ਪ੍ਰੋਗਰਾਮ ਬੜਾ ਰੈਲੀਵੈਂਟ ਹੈ ਪੰਜਾਬ ਲਈ, ਤਾਂ ਆਪਾਂ ਚੁਣਿਆ ਐਂਟੀ ਡਰੱਗ। ਉਹਦੇ ਲਈ ਆਪਾਂ ਸਾਈਕਲ ਰੈਲੀ ਵੀ ਕੀਤੀ, ਜਿਹੜੀ ਫਲੈਗ ਆਫ ਹੋਈ ਹੈ ਕੁਛ ਦਿਨ ਪਹਿਲਾਂ। ਹੁਣ ਆਪਾਂ ਸੋਚਿਆ ਕਿ ਆਪਾਂ 9 ਜਿਹੜੇ ਡਰੱਗ ਵਿਕਟਿਮਸ ਹੈ ਜਿਨ੍ਹਾਂ ਨੇ ਬੜੀ ਸਕਸੈਸਫੁੱਲ ਲੜਾਈ ਲੜ ਕੇ ਵਾਪਸ ਆਪਣੇ ਮੇਨ ਸਟ੍ਰੀਮ 'ਚ ਆਏ ਹੈ, ਉਹਨਾਂ ਨੂੰ ਇਨਵਾਈਟ ਕੀਤਾ ਜਾਏ। ਅਤੇ ਆਪਾਂ ਨੂੰ ਉਹਨਾਂ ਨੂੰ ਇਨਵਾਈਟ ਕੀਤਾ, ਮੋਟੀਵੇਟ ਕੀਤਾ ਕਿ ਤੁਸੀਂ ਆਪਣੀ ਲਾਈਫ ਸਟੋਰੀ ਦੱਸੋ। ਅਤੇ ਸਾਈਕੋਲੋਜਿਸਟ, ਕੌਂਸਲਰਸ ਵੀ ਬੁਲਾਏ, ਡਾਕਟਰ ਰਿਸ਼ੀ, ਹੁਣ ਤੁਸੀਂ ਸੁਣਿਆ ਡਾਕਟਰ ਰਿਸ਼ੀ ਨੂੰ ਕਿ ਉਹਨਾਂ ਨੇ ਕਿਵੇਂ ਆ 9 ਡਰੱਗ ਵਿਕਟਿਮਸ ਨੂੰ ਕਿਵੇਂ ਮੋਟੀਵੇਟ ਕੀਤਾ। ਕਿੰਨੀ ਮੁਸ਼ਕਿਲ ਗੱਲ ਹੈ, ਜਿਹੜੇ ਈਵਨ ਪੇਰੈਂਟਸ ਵੀ ਨਹੀਂ ਕਰ ਸਕਦੇ, ਫਾਦਰ ਮਦਰ ਵੀ ਕੋਈ ਬੋਲਦਾ ਹੈ ਘਰ 'ਚੋਂ, ਫਾਦਰ ਮਦਰ ਦੀ ਨਹੀਂ ਸੁਣਦੇ ਅੱਜ ਕੱਲ੍ਹ। ਬਟ ਡਾਕਟਰ ਰਿਸ਼ੀ ਨੇ ਕਿੰਨੇ ਬਿਊਟੀਫੁੱਲ ਤਰੀਕੇ ਨਾਲ ਆਪਣੇ ਬੋਲਸਟਰ ਦਾ, ਤੁਸੀਂ ਰੀਹੈਬ ਸੈਂਟਰ ਦੇ ਤੁਸੀਂ ਸੁਣਿਆ, ਉਹਨਾਂ ਨੂੰ ਕਿਵੇਂ ਰੀਹੈਬ ਕੀਤਾ ਅਤੇ ਕਿੰਨਾ ਮੁਸ਼ਕਿਲ ਹੁੰਦਾ ਉਹਨਾਂ ਨੂੰ ਵਾਪਸ ਮੇਨ ਸਟ੍ਰੀਮ 'ਚ ਲਾਉਣਾ। ਅਤੇ ਹੁਣ ਤੁਸੀਂ ਸੁਣੇ ਸਾਰੇ 9 ਦੇ 9 ਡਰੱਗ ਵਿਕਟਿਮ, ਕਿਹਨਾਂ ਨੇ ਉਹਨਾਂ ਨੇ ਆਪਣੀ ਲਾਈਫ ਸਟੋਰੀ ਦੱਸੀ ਅਤੇ ਕਿੰਨਾ ਚੰਗਾ ਬੋਲਦੇ ਆ, ਉਹਨਾਂ 'ਚ ਕਿੰਨਾ ਟੈਲੈਂਟ ਹੈ, ਤੁਸੀਂ ਖੁਦ ਸੁਣਿਆ ਸਟੇਜ 'ਤੇ ਕਿੰਨਾ ਚੰਗਾ ਨਰੇਟ ਕਰ ਸਕਦੇ ਆ, ਬਿਨਾਂ ਤਿਆਰੀ ਕੀਏ ਇੰਨਾ ਚੰਗਾ ਬੋਲੇ। ਤੁਸੀਂ ਉਹਨਾਂ ਦੇ ਸੁਣੇ ਸੌਂਗਸ ਕਿੰਨਾ ਚੰਗਾ ਗਾਉਂਦੇ ਆ, ਇੰਨੀ ਟੈਲੈਂਟ। ਹੁਣ ਤੁਸੀਂ ਸੋਚੋ ਜੇ ਆ ਡਰੱਗਸ 'ਚ ਨਾ ਪੈਂਦੇ ਤਾਂ ਕਿੱਥੇ ਪਹੁੰਚੇ ਹੁੰਦੇ।
ਤੇ ਆਈ ਥਿੰਕ ਆਪਾਂ ਬੇਸਿਕਲੀ ਆਪਾਂ ਮੈਸੇਜ ਦੇਣਾ ਸੀ, ਤਾਂ ਹੀ ਤੁਸੀਂ ਆਡੀਟੋਰੀਅਮ ਸਾਰੇ ਯੂਨੋ ਬੱਚੇ ਦੇਖੇ, ਤਾਂ ਹੁਣ ਆਹੀ ਬੱਚੇ ਸਾਰੇ ਜਾ ਕੇ ਗੱਲ ਕਰਨਗੇ। ਹੁਣ ਇੱਥੇ 1000 ਬੱਚਾ ਸੀ ਆਡੀਟੋਰੀਅਮ, ਆਹ 1000 ਬੱਚਾ ਹੁਣ 10,000 ਨਾਲ ਗੱਲ ਕਰੇਗਾ। ਆਪਣਾ ਏਮ ਹੈ ਬੇਸਿਕਲੀ ਮੈਸੇਜ ਦੇਣਾ, ਪੂਰੇ ਪੰਜਾਬ ਮੈਸੇਜ ਦੇਣਾ ਕਿ ਮੈਂ ਉਹੀ ਪੰਜਾਬ ਚਾਹੁੰਦਾ ਹਾਂ ਜਿਹੜਾ 50 ਸਾਲ ਪਹਿਲਾਂ, 40-50 ਸਾਲ ਪਹਿਲਾਂ ਪੰਜਾਬ ਸੀਗਾ, ਜਦੋਂ ਯੂਨੋ ਜਦੋਂ ਆਪਾਂ ਮੋਟੀਵੇਟ ਹੁੰਦੇ ਸੀ ਕਿ ਆਪਣਾ ਪੰਜਾਬ ਦੇਖੋ ਕਿੰਨਾ ਚੰਗਾ ਹੈ। ਇਸ ਮੌਕੇ ਬ੍ਰਿਗੇਡੀਅਰ ਅਧਿਵਿਤ ਮਦਾਨ ਨੇ ਚਿੰਤਾ ਪ੍ਰਗਟ ਕਰਦੇ ਹੋਏ ਦੱਸਿਆ ਕਿ ਅੱਜ ਤੋਂ 3-4 ਦਹਾਕੇ ਪਹਿਲਾਂ ਭਾਰਤੀ ਸੈਨਾ ਵਿੱਚ ਸਭ ਤੋਂ ਵੱਧ ਯੋਗਦਾਨ ਪੰਜਾਬੀਆਂ ਦਾ ਹੁੰਦਾ ਸੀ, ਪਰ ਅਫਸੋਸ ਦੀ ਗੱਲ ਹੈ ਕਿ ਅੱਜ ਪੰਜਾਬ ਦਾ ਜ਼ਿਆਦਾਤਰ ਨੌਜਵਾਨ ਨਸ਼ੇ ਦੀ ਲੱਤ ਵਿੱਚ ਹੈ, ਜਿਸ ਕਰਕੇ ਭਾਰਤੀ ਸੈਨਾ ਵਿੱਚ ਪੰਜਾਬ ਦਾ ਯੋਗਦਾਨ ਘੱਟ ਗਿਆ ਹੈ। ਹੁਣ ਤੁਸੀਂ ਦੇਖ ਰਹੇ ਹੋ, ਜਦੋਂ ਮੈਂ ਆਰਮੀ ਜੁਆਇਨ ਕੀਤੀ ਸੀਗੀ ਤਕਰੀਬਨ 35 ਸਾਲ ਪਹਿਲਾਂ NDA 'ਚ, ਮੈਂ ਆਪਣੇ ਆਸ ਪਾਸ ਦੇਖਿਆ ਆਪਣੇ 300 ਬੱਚੇ ਆਪਾਂ ਸਿਲੈਕਟ ਹੋਏ ਸੀਗੇ NDA 'ਚ ਆਫਟਰ 11th, ਮੈਂ 300 ਬੱਚਿਆਂ ਦੇਖ ਰਿਹਾ ਸੀ, ਸਾਰੇ ਮੈਕਸੀਮਮ ਪੰਜਾਬ ਦੇ ਸੀ। ਮੈਂ ਆਪਣੇ ਪੰਜਾਬ ਰੈਜੀਮੈਂਟ ਜਦੋਂ ਜੁਆਇਨ ਕੀਤਾ ਜਾਂ ਸਿੱਖ ਰੈਜੀਮੈਂਟ ਦੇਖਿਆ, ਉਹਨਾਂ ਦੇ ਸਟੈਂਡਰਡ ਹੀ ਬਹੁਤ ਉੱਚੇ ਸੀ। ਬਟ ਹੁਣ ਤੁਸੀਂ ਦੇਖ ਰਹੇ ਹੋ ਕੋਈ ਵੀ ਟੈਸਟ ਹੁੰਦਾ ਆਪਣੇ, ਉਹ ਜਿਹੜੀ ਦੌੜ ਹੁੰਦੀ ਹੈ 1600 ਮੀਟਰ ਦੀ ਦੌੜ ਹੁੰਦੀ ਹੈ, ਉਸ 'ਚ ਵੀ ਨਹੀਂ ਪਾਸ ਹੋ ਰਹੇ। ਤਾਂ ਇਹਦਾ ਮੇਨ ਕੌਜ਼ ਜਿਹੜਾ ਹੈ ਆ ਡਰੱਗਸ ਇਜ਼ ਵਨ ਆਫ ਦਾ ਕੌਜ਼ਸ, ਡਰੱਗਸ ਮੇਨ ਕੌਜ਼ ਹੈ। ਹੁਣ ਤੁਸੀਂ ਦੇਖਿਆ, ਤੁਸੀਂ ਸੁਣੀ ਸਾਰੀ ਸਟੋਰੀਜ਼, ਜੋ ਕਿ ਮੈਂ ਹੈਰਾਨ ਹੋ ਗਿਆ ਕਿ ਇੰਨੇ ਪੜ੍ਹੇ ਲਿਖੇ ਬੱਚੇ ਜੇ ਕਿ ਡਰੱਗਸ ਪੈ ਗਏ। ਤਾਂ ਆਪਾਂ ਨੂੰ ਹੁਣ ਡਿਊਟੀ ਬਣਦੀ ਹੈ ਕਿ ਡਰੱਗਸ ਨਾਲ ਲੜਨਾ, ਡਰੱਗਸ ਨਾਲ ਲੜਾਈ ਕਰਨਾ, ਅਤੇ ਆਪਾਂ ਨੂੰ ਪਤਾ ਹੈ ਐਗਜੈਕਟਲੀ, ਬਿਨਾਂ ਨਾਂ ਲੈਂਦੇ ਹੋਏ ਆਪਾਂ ਨੂੰ ਪਤਾ ਹੈ ਕਿ ਕਿਹਦਾ ਇੰਟਰਸਟ ਹੈ, ਕੌਣ ਅੰਦਰ ਡਰੱਗਸ ਭੇਜ ਰਿਹਾ। ਅਤੇ ਆਪਾਂ ਨੂੰ ਹੋਰ ਵੀ ਸਟਰੋਂਗ ਹੋ ਜਾਣਾ ਚਾਹੀਦਾ ਕਿ ਆਪਾਂ ਫਾਈਟ ਕਰਨਾ ਹੈ ਕਿ ਆਪਣੀ ਵਾਰ ਜਿੱਤੀਏ। ਐਕਚੁਲੀ ਇਟ ਇਜ਼ ਅ ਵਾਰ ਅਗੇਂਸਟ ਡਰੱਗਸ। ਆਪਾਂ ਨੂੰ ਪਤਾ ਹੈ ਕਿਹਦਾ ਟਾਰਗੇਟ ਹੈ, ਕਿਹਦਾ ਟਾਰਗੇਟ ਪੰਜਾਬ ਹੈ, ਕਿਹਦਾ ਟਾਰਗੇਟ ਇੰਡੀਆ ਹੈ, ਆਪਾਂ ਨੂੰ ਪਤਾ ਹੈ, ਬਖੂਬੀ ਪਤਾ ਹੈ। ਅਤੇ ਆਪਾਂ ਜੇ ਆਪਾਂ ਆਪਣੇ ਬੱਚੇ, ਇੱਕ ਤਰ੍ਹਾਂ ਦੀ ਆਹ ਵੀ ਵਾਰ ਹੈ, ਆਹ ਵਾਰ ਹੈ ਬਾਏ ਦਾ ਸਿਵਲ ਪਾਪੂਲੇਸ਼ਨ, ਆਪਣੀ ਵਾਰ ਦੂਜੀ ਹੁੰਦੀ ਹੈ ਅਲੱਗ, ਉਹ ਵੀ ਲੜਾਂਗੇ। ਬਟ ਆਪਾਂ ਜਿਹੜੇ ਸਿਵਿਲੀਅਨਸ ਹੈ, ਜੇ ਆਹ ਵਾਰ ਲੜੀਏ ਤਾਂ ਆਪਾਂ ਪੂਰੇ, ਕੋਈ ਮਤਲਬ ਹੀ ਨਹੀਂ ਹੁੰਦਾ ਕਿ ਆਪਣਾ ਦੁਸ਼ਮਣ ਜਿੱਤੇ। NCC ਜਲੰਧਰ ਗਰੁੱਪ ਵੱਲੋਂ ਕਰਵਾਇਆ ਗਿਆ ਇਹ ਸੈਮੀਨਾਰ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਕਿਉਂਕਿ ਨਸ਼ਾ ਸਾਡੇ ਸਮਾਜ ਲਈ ਇੱਕ ਸ਼ਰਾਬ ਬਣ ਚੁੱਕਿਆ ਹੈ, ਅਤੇ ਨਸ਼ੇ ਦੇ ਖਾਤਮੇ ਲਈ ਇੱਦਾਂ ਦੇ ਸੈਮੀਨਾਰ ਹੁੰਦੇ ਰਹਿਣੇ ਚਾਹੀਦੇ ਹਨ। ਕੈਮਰਾਮੈਨ ਮੁਨੀਸ਼ ਦੇ ਨਾਲ ਦਿਸ਼ਾ ਧੀਰ, ਵੌਇਸ ਆਫ ਪੰਜਾਬ, ਜਲੰਧਰ।